ਹਾਂਜੀ ਕਹਿੰਦੇ ਆ ਨਾ ਕਿ ਰਸਤਾ ਜਿੰਨਾ ਔਖਾ ਹੋਵੇ ਉਨਾ ਹੀ ਆਪਣਾ ਫਲ ਮਿੱਠਾ ਪਾਇਆ ਜਾਂਦਾ ਹੈ ਨਾ ਤੇ ਅੱਜ ਜਿਹੜੀਆਂ ਵੈਕੈਂਸੀਜ਼ ਬਾਰੇ ਆਪਾਂ ਗੱਲ ਕਰਾਂਗੇ ਪੀ ਟ੍ਰਿਪਲ ਐਸ ਵੀ ਬੋਰਡ ਨੇ ਇੱਕ ਪਟਾਰਾ ਸਿੱਟੇ ਆਪਣੇ ਕੋਲੇ ਇਦਾਂ ਕਰਕੇ ਖੋਲ੍ਹਿਆ ਉਹ ਕਹਿੰਦੇ 1300 ਵੈਕੈਂਸੀਜ਼ ਤੁਹਾਨੂੰ ਦੇ ਰਹੇ ਆ ਤੇ 1300 ਵੈਕੈਂਸੀਜ਼ ਕਿਸ ਚੀਜ਼ ਦੀ ਹੈਗੇ ਬਿਲਕੁਲ ਉਸ ਪਰ ਵੀ ਗੱਲ ਕਰਾਂਗੇ ਠੀਕ ਹੈ ਜੀ ਕਦੇ ਵੀ ਕੋਈ ਵੈਕੈਂਸੀ ਦੀ ਜਿਹੜੀ ਹੈਗੀ ਆ ਫੀਲ ਲੋਕਾਂ ਦੇ ਛੋਟੀ ਦੇ ਵੱਡੀ ਨਹੀਂ ਹੁੰਦੀ ਪਹਿਲਾਂ ਤਾਂ ਇਹ ਚੀਜ਼ ਹੈ ਨਾ ਦੂਸਰੀ ਗੱਲ ਅੱਜ ਜਿਹੜੀ ਵੈਕੈਂਸੀ ਬਾਰੇ ਗੱਲ ਕੀਤੀ ਕਰੇ ਕਰਾਂਗੇ ਹੈ ਨਾ ਉਹ ਆਪਣੀ ਇਹਦੇ ਨਾਲ ਕਨਸਰਨਡ ਹੈਗੀ ਆਪਣੇ ਰਸਤੇ ਦੇ ਨਾਲ ਹੈ ਨਾ ਤਾਂ ਚਲੋ ਜੀ ਗੱਲ ਠੀਕ ਹੈਗੀ ਅੱਜ ਦੀ ਦੇ ਤਰੀਕੀ ਦਿੱਤੀ ਉਹਨਾਂ ਨੇ ਠੀਕ ਹੈ ஆன்ਲਾਈਨ ਜਿਹੜੀਆਂ ਅਰਜ਼ੀਆਂ ਹੈਗੀਆਂ ਅਪਲਾਈ ਕਰਨ ਦੀ ਮਿਤੀ ਹੈਗੀ 28 ਠੀਕ ਹੈ ਜੀ ਪੂਰਾ 1 ਮਹੀਨੇ ਬਾਅਦ 1 ਮਹੀਨੇ ਬਾਅਦ ਉਹਨਾਂ ਨੇ ਆਖਰੀ ਮਿਤੀ ਡਿਸਾਈਡ ਕੀਤੀ ਹੈ ਕਹਿੰਦੇ 28 ਫਰਵਰੀ ਨੂੰ ਹੀ ਆਪਣੀ ਜਿਹੜੇ ஆன்ਲਾਈਨ ਫਾਰਮੇਸ਼ਨ ਬੰਦ ਹੋ ਜਾਣੀ ਆਪਣੇ ਫਾਰਮਸ ਭਰਨੇ ਫੀਸ ਭਰਨ ਦੀ ਜਿਹੜੀ ਆਖਰੀ ਡੇਟ ਹੈਗੀ ਉਹ ਹੈਗੀ 3 ਮਾਰਚ ਜੀ 3 3 2023 ਹੈ ਨਾ ਫਿਰ ਆਪਾਂ ਗੱਲ ਕਰਦੇ ਜਾਨ ਪਛਾਣ ਦੀ ਗੱਲ ਕਰਦੇ ਆ ਇਹਦੇ ਵਿੱਚ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਵੈਕੈਂਸੀਸ ਦਿੱਤੀਆਂ ਜਾਂਦੀਆਂ ਹਨ ਨਗਰ ਨਿਗਮ ਵੱਲੋਂ ਫਾਇਰਮੈਨ ਹੋ ਗਿਆ ਡਰਾਈਵਰ ਹੋ ਗਿਆ ਆਪਰੇਟਰ ਹੋ ਗਿਆ ਤੇ ਆਪਣੇ ਕੋਲੇ ਸਰਵਿਸ ਕਿਹੜਾ ਗਰੁੱਪ ਆ ਜਾਂਦਾ ਸੀ ਗਰੁੱਪ ਚ ਆ ਗਈ ਹੈ ਨਾ ਤੇ ਇਹਦੇ ਵਿੱਚ ਅਸਾਮੀਆਂ ਕਿੰਨੀ ਹੈਗੀ 240 ਤੇ 70 ਆਪਣੇ ਕੋਲੇ ਡਰਾਈਵਰ ਦੀਆਂ ਨਗਰ ਕੌਂਸਲੀਆਂ ਨਗਰ ਪੰਚਾਇਤਾਂ ਦੀ ਗੱਲ ਕੀਤੀ ਜਾਵੇ ਫਾਇਰਮੈਨ ਦੀਆਂ ਵੈਕੈਂਸੀਸ ਹੈਗੀਆਂ 751 ਦੇਖੋ ਜੀ 751 ਅੱਛਾ ਇੱਕ ਨਾ ਬਹੁਤ ਇੰਟਰਸਟਿੰਗ ਪੁਆਇੰਟ ਇਹ ਵਿੱਚ ਨੋਟ ਡਾਊਨ ਕਰਨ ਵਾਲਾ ਹੈਗਾ ਊਮਨ ਵਾਸਤੇ ਵੀ ਰਿਜ਼ਰਵਡ ਸੀਟ ਕਲ ਚੈਸਟ ਜਿਹੜਾ ਹੈਗਾ ਨਾ ਉਹ ਨਹੀਂ ਦੇਖਦੇ ਠੀਕ ਹੈ ਜੀ ਮੁੰਡਿਆਂ ਵਿੱਚ ਇਹ ਚੀਜ਼ ਕਾਊਂਟ ਹੋਊਗੀ ਕੁੜੀਆਂ ਵਿੱਚ ਨਹੀਂ ਕਾਊਂਟ ਹੋਊਗੀ ਹੈਨਾ ਤੇ ਅੱਛਾ ਜਿਹੜੀ ਹਾਈਟ ਮੰਗੀਆਂ ਨੇ ਜੀ ਪੰਜ ਪੰਜ ਹਾਈਟ ਮੰਗੀ ਆ ਹਣਾ ਹਾਈਟ ਬਹੁਤ ਵਧੀਆ ਮੰਗੀਆਂ ਮੈਨੂੰ ਲੱਗਦਾ ਬਹੁਤ سارے ਆਪਣੇ ਜਿਹੜੇ ਪੰਜਾਬ ਦੇ ਹੈਗੇ ਉਹ ਲੰਬੇ ਜਵਾਨ ਗੱਭਰੂ ਤੇ ਜਿਹੜੀਆਂ ਆਪਣੇ ਪੈਦਾ ਹੁੰਦੇ ਹਨਾ ਤਾਂ ਪੰਜ-ਪੰਜ ਹਾਈਟ ਤਾਂ ਨਾਰਮਲ ਹੈ ਜੀ ਹੈਨਾ ਚਲੋ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਆਪਣੇ ਕੋਲੇ 1317 ਪੋਸਟਾਂ ਨੇ ਚਲੋ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਇਹਦੇ ਵਿੱਚ ਆਪਣੇ ਕੋਲੇ ਅਲੱਗ ਲਾਈਨਾਂ ਨੇ ਨੇ ਵੇਰਵਾ ਦਿੱਤਾ ਹੋਇਆ ਨੰਬਰ ਉਹ ਵੈਕੈਂਸੀ ਜਿਹੜੀ ਮੈਨ ਵਾਸਤੇ ਰਿਜ਼ਰਵਡ ਹੈਗੀ ਕਿੰਨੀਆਂ ਔਮਨ ਵਾਸਤੇ ਰਿਜ਼ਰਵਡ ਹੈਗੀਆਂ ਠੀਕ ਹੈ ਜੀ ਸਾਰਿਆਂ ਦਾ ਵੇਰਵਾ ਦਿੱਤਾ ਹੋਇਆ ਹੈਨਾ ਤੇ ਇਹ ਨਾ ਸੋਚੋ ਕਿ ਊਮਨ ਵਾਸਤੇ ਸੀਟਾਂ ਨਹੀਂ ਹੈਗੀਆਂ ਮੈਂ ਪਹਿਲਾਂ ਹੀ ਦੱਸ ਰਹੀ ਆ ਕਦੇ ਵੀ ਇਦਾਂ ਨਾ ਸੋਚੋ ਊਮਨ ਵਾਸਤੇ ਨਹੀਂ ਹੈਗੀਆਂ ਫਾਇਰਮੈਨ ਦੀਆਂ ਫਾਇਰਮੈਨ ਲਿਖਿਆ ਹੋਇਆ ਪਿੱਛੇ ਪਰ ਇਦਾਂ ਨਹੀਂ ਹੈਗਾ ਕਿ ਊਮਨ ਨਹੀਂ ਹੈਗੀ ਹੈ ਠੀਕ ਹੈ ਜੀ ਚਲੋ ਗੱਲ ਕਰਦੇ ਆ ਇਸ ਤੋਂ ਬਾਅਦ ਆਪਣੇ ਕੋਲੇ ਇਦਾਂ ਹੀ ਇਹਨਾਂ ਨੇ ਪੂਰਾ ਵੇਰਵਾ ਦਿੱਤਾ ਹੋਇਆ ਕਿ ਉਹ ਹੀ 18 ਤੋਂ 37 ਸਾਲ ਦੇ ਆਪਣੇ ਕੋਲੇ ਇਹਨਾਂ ਦੇ ਵਿੱਚ ਆਪਣੀ ਏਜ ਹੋਣੀ ਚਾਹੀਦੀ ਹੈ ਸਾਰੀ ਚੀਜ਼ ਆਪਣੀ ਸੇਮ ਹੀ ਆ ਅੱਛਾ ਦੂਸਰੀ ਗੱਲ ਇਸ ਪੂਰੀ ਨੋਟੀਫਿਕੇਸ਼ਨ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਵੀ ਆ ਕਿ ਤੁਸੀਂ 10ਵੀਂ ਦੀ ਪੰਜਾਬੀ ਪਾਸ ਹੋਣੀ ਚਾਹੀਦੀ ਹੋ ਹਣਾ 10ਵੀਂ ਦੀ ਪੰਜਾਬੀ ਪਾਸ ਹੋਣੀ ਚਾਹੀਦੀ ਹੋ ਤਾਂ ਇੱਕ ਬੱਚੇ ਦਾ ਕਮੈਂਟ ਆਇਆ ਸੀ ਕਿ ਮੈਡਮ ਮੈਂ ਰਾਜਸਥਾਨ ਦਾ ਮੈਂ ਭਰ ਸਕਦਾ ਕਿ ਨਹੀਂ ਭਰ ਸਕਦਾ ਹਾਂਜੀ ਭਰ ਸਕਦੇ ਹਾਂ ਜੇ ਤੁਸੀਂ 10th ਪਾਸ ਤੁਹਾਡੀ ਹੈਗੀ ਹੈ ਪੰਜਾਬੀ ਨਾਲ ਹਨਾ ਚਲੋ ਜੀ ਗੱਲ ਕਰਦੇ ਆਂ ਇਹਦੇ ਵਿੱਚ ਹੁਣ ਚੈਸਟ ਤੇ ਹਾਈਟ ਦੀ ਗੱਲ ਕੀਤੀ ਜਾਵੇ ਹਾਈਟ ਤੇ ਆਈ ਸਾਈਡ ਪੂਰੀ ਚੈੱਕ ਕੀਤੀ ਜਾਊਗੀ ਮੁੰਡੇ ਤੇ ਕੁੜੀਆਂ ਵਿੱਚ ਕੋਈ ਡਿਫਰੈਂਸ ਨਹੀਂ ਹੋਊਗਾ ਸਿਰਫ ਜਿਹੜੀ ਚੈਸਟ ਹੈਗੀ ਉਹ 익ਸਪੈਕਟਿਡ ਹੋਊਗੀ ਆਪਣੀ ਮੁੰਡੇ ਵਿੱਚ ਚੈੱਕ ਕੀਤੀ ਜਾਊਗੀ ਹਨਾ ਅੱਛਾ ਜਿਹੜੀ ਫਿਜ਼ੀਕਲ ਫਿਟਨੈਸ ਵਾਸਤੇ ਜਿਹੜਾ ਟੈਸਟ ਹੈਗਾ ਉਹੀ ਮੈਂ ਤੁਹਾਨੂੰ ਕਹਣਾ ਰਾ ओके ਨੇ ਹੈਨਾ ਤੇ ਫਾਲੋ ਨਾ ਹੀ ਮਿੱਠਾ ਹੈਨਾ ਇਸ ਚੀਜ਼ ਬਾਰੇ ਮੈਂ ਤੁਹਾਨੂੰ ਇਹ ਗੱਲ ਕਰ ਰਹੀ ਸੀ ਹੈਨਾ ਇਦਾਂ ਹੀ ਕਰਕੇ ਤੁਸੀਂ ਇਹਨਾਂ ਚੀਜ਼ਾਂ ਦੇ ਪੋਸਟਾਂ ਨੂੰ ਇੱਕ ਮਹੀਨੇ ਦਾ ਪੂਰਾ ਟਾਈਮ ਹੈਗਾ ਤੁਸੀਂ ਇਹਦੀਆਂ ਸਾਰੀਆਂ ਕੁਆਲਿਫੀਕੇਸ਼ਨਸ ਚੈੱਕ ਕਰਕੇ ਆਪਦੀ ਫੀਸ ਭਰਨਾ ਸਟਾਰਟ ਕਰੋ ਫਾਰਮ ਭਰਨਾ ਸਟਾਰਟ ਕਰੋ ਇਦਾਂ ਹੀ ਤੁਸੀਂ ਆਪਦੀ ਤਿਆਰੀ ਕਰ ਲਓ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਹਾਂਜੀ ਫਿਜ਼ੀਕਲ ਵਾਸਤੇ ਸਾਨੂੰ ਇਹਨਾਂ ਕਿਉਂਕਿ ਇਹਨਾਂ ਦੀ ਜਦੋਂ ਤੁਸੀਂ ਪ੍ਰੋਪਰ ਨੋਟੀਫਿਕੇਸ਼ਨ ਪੜ੍ਹੂਗੀ ਨਾ ਬਹੁਤ ਸਾਰੀ ਚੀਜ਼ਾਂ ਦਿੱਤੀਆਂ ਨੇ ਹੈਨਾ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਵੇਰ ਵੇਰ ਨੂੰ ਦੇਖ ਕੇ ਉਹਦੀ ਤਿਆਰੀ ਕਰਨਾ ਸਟਾਰਟ ਕਰ ਦੋ ਕਿਉਂਕਿ ਆਹ ਪੋਸਟ ਠੀਕ ਹੈ ਬਹੁਤ ਪੋਸਟਾਂ ਨਹੀਂ ਹੈ ਨਾ ਤਾਂ ਇਦਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ ਇਦਾਂ ਹੀ ਲੇਟੈਸਟ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਕਿਹਦੇ ਨਾਲ ਪੰਜਾਬ ਐਗਜ਼ਾਮ ਰਿਜ਼ਲਟ ਕਰੂੰ ਮੈਂ ਤੁਹਾਡੀ ਹਰ ਚੋਟ ਕਾਰ ਮੰਨ ਤੇ ਤੁਹਾਡੀ ਫਾਈਨਲ ਕਲਾਸ ਲੈਣੀ ਹੈ 2 2 3 ਗੋਡ ਬlesਸ ਯੂ ਟੇਕ ਕੇਅਰ